असल नाजिन मैं हूं आपका मेजबान अब्दुल्ला, आप देख रहे हैं नूर पक्सान. आज मेरे साथ एक कॉमेडी का ऐसा सितारा मौजूद है जिन्होंने छोटी सी उम्र में कॉमेडी की दुनिया में और टीवी की दुनिया में बहुत बड़ा नाम बनाया इनसे बात करते हैं वसीम पुनू सर क्या हाल है आपके करम दुआ तो बहुत बहुत शुक्रिया मनु छोटी उम्र वाला क्या नहीं सर तुम यकीन करो छोटी उम्र हो माशा जे हले झंडे सर आपको कभी किसी ने कहा हो कि आप जफरी खान के छोटे भाई हैं जी मुझे काफी लोगों ने कहा है तकरीबन ऐसे 7-8 साल पहले क्योंकि उ तो बाल थोरे जे भरे सी ते मैं वैसे भी माशाल्लाह बड़ा फॉलो कीता जफरी खान साहब नु मेरे बड़े भाई भी ने मेरे मोस्ट सीनियर ने बड़ा लव कीता उन्होंने उस्ताद मेरे रहमानुल्लाह खान साहब ने ते मगर जफरी भाई ने वाजिद भाई ने सलीम अलबेला साहब ने इन्होने मेरा बड़ा लव कीता बड़ा प्यार कीता बाकी भी जिन्ने अपने क्लास दे लोग ने ਸਾਰੇ ਲੋ ਪਿਆਰ ਆ ਮੈਨੂੰ ਕਿਹਾ ਕਾਫੀ ਲੋਗਾਂ ਨੇ ਕਿ ਬਈ ਜ਼ਫਰੀਓਂ ਗਰੋਂ ਨਸ ਭੱਜ ਕਰਦੇ ਹੋ ਤੁਸੀਂ ਜ਼ਾਹਰ ਹੈ ਵੱਡਿਆਂ ਦੀ ਬੰਦਾ ਕਾਪੀ ਕਰ ਸਕਦਾ ਉਹ ਤੇ ਨਹੀਂ ਬਣ ਸਕਦਾ ਕਿਉਂਕਿ ਆਪਮੇ ਜੋ એનર્ਜੀ ਹੈ ਉਹ ਟੋਟਲ ਜੋ ਹੈ ਨਾ ਜ਼ਫਰੀ ਭਾਈ ਜਿਹੀ ਹੈ ਉਹੀ ਮੈਂ ਜ਼ਫਰੀ ਭਾਈ ਨੇ ਮੈਨੂੰ ਇਹ ਟਿਪ ਦਿੱਤੀ ਸੀ ਕਿ ਬੇਟੇ ਖਲੋ ਕੇ ਦੁਨੀਆ ਨੇ ਬਹੁਤ ਕੰਮ ਸੁਣ ਲਿਆ ਹੁਣ ਜ਼ਰਾ ਨਸ ਭੱਜ ਮੰਗਦੀ ਹੈ ਦੁਨੀਆ ਐਕਟੀਵਿਟੀ ਹੋਵੇ ਨਾਲ ਜਿਹੜੀ ਹੁਣ ਜ਼ਫਰੀ ਸਾਹਿਬ ਦਾ ਟਰੈਕ ਹੈ ਕਿ ਜਿਹੜੀ ਵੀ ਉਹ ਜੁਗਤ ਕਰਦੇ ਨੇ ਨਾ ਉਹਨਾਂ ਨੇ ਨਾਲ ਉਹ ਚੀਜ਼ ਬਣਾ ਕੇ ਦਿਖਾਣੀ ਹੁੰਦੀ ਐਵੇਂ ਬਰਫ਼ ਦਾ ਗੋਲਾ ਉਹਨਾਂ ਨੇ ਪਹਿਲੇ ਬਣਾਣਾ ਫਿਰ ਉਹਦੇ ਥੱਲੇ ਤੀਲਾ ਲ ਐਪ ਐਕਟੀਵਿਟੀ ਪਬਲਿਕ ਮੰਗਦੀ ਹੈ ਕੋਈ ਨਾ ਕੋਈ ਨਾ ਨਸਪੱਜ ਹੋਵੇ ਖਲੋਕ ਸਟਿਲ ਕਿੰਨੀਆਂ ਕੋ ਜੁਗਤਾਂ ਸੁਣ ਲੈਂਦੀ ਤੇ ਉਹ ذرا ਹਿੰਮਤ ਦਿੱਤੀ ਮਾਲਕਾਂ ਨੇ ਨਸਪੱਜ ਕਰੀ ਦੀ وسیم بھائی مجھے یہ بتائیں کہ آپ گੁજરાہ والا سے ਪਹਿਲਵਾਨੋ ਕੇ ਸ਼ਾਇਰ سے چلے اور لاہور میں ਆ ਕੇ اتنا بڑا ਨਾਮ ਕਮਾਇਆ ਇਸ کے پیچھے کتنی ਸਟਰਗਲ ਹੈ اور आज आपको कैसा फील हो रहा है शुक्र अल्हम्दुलिल्लाह ਸਟਰਗਲ ਤੇ ਹਰ ਕੰਮ ਚੀਏ ਭਾਈਨ ਵੱਡੇ ਨਾਮ ਲਈ ਵੱਡੀ ਸਟਰਗਲ ਤੁਹਾਨੂੰ ਕਰਨੀ ਪੈਣੀ ਜਾਣਾ ਪੈਣਾ ਕਿਤੇ ਨਾ ਕਿਤੇ ਕੁਝ ਕਰਨਾ ਪੈਣਾ ਉਹ ਸਟਰਗਲ ਜਿਹੜੀ ਮੈਂ ਕੀਤੀ ਨਾ तकरीबन ਮੇਰੀ ਕੋਈ ਹੁੰਦ ਕਰ 22 ਸਾਲ ਮੈਨੂੰ ਹੋ ਗਏ ਨੇ ਸ਼ੋਬੀਜ਼ ਤੇ ਮੈਂ ਅੱਜ ਦੇ ਦਿਨ ਤੱਕ ਵੀ ਸਟਰਗਲ ਚ ਹੀ ਹਾਂ ਕਿਉਂਕਿ ਬਾਹਰ ਕੰਮ ਹੈ ਸਾਡੇ ਉਸਤਾਦ ਅਮਨੁੱਲਾ ਖਾਨ ਸਾਹਿਬ ਕਹਿੰਦੇ ਹੁੰਦੇ ਸੀ ਉਹ 50 ਸਾਲ ਕੰਮ ਕਰਕੇ ਵੀ ਉਹਨਾਂ ਨੇ ਕਿਹਾ ਕਿ ਪੁੱਤਰ ਮੈਨੂੰ ਅੱਜ ਵੀ ਡਰ ਲੱਗਦਾ ਅੰਦਰ ਜਾ ਲੱਗੋ ਠੀਕ ਹੈ ਇਹਦੀ ਸਟਰਗਲ ਖਤਮ ਨਹੀਂ ਹੁੰਦੀ ਜਿਹੜਾ ਬੰਦਾ ਕਹਿੰਦਾ ਮੈਂ ਕੰਪਲੀਟ ਹੋ ਗਿਆ ਕੁਝ ਵੀ ਨਹੀਂ ਹੈਗਾ ਉਹ ਚੱਕਰ ਆਵੇ ਆਪਣੇ ਆਪ ਨੂੰ ਅੱਛਾ 22 ਸਾਲ ਤੁਹਾਨੂੰ ਸਟਰਗਲ ਚ ਹੋ ਗਏ ਨੇ ਤੁਸੀਂ 5 ਸਾਲ ਦੀ ਉਮਰ ਦੀ ਡਰਾਮੇ ਚ ਆ ਗਏ ਸੋ ਨਹੀਂ 마शाल्लाह ਤੁਸੀਂ ਮੈਨੂੰ ਕਹਤਾ ਛੋਟੀ ਉਮਰ ਦਾ ਮੇਰੀ 마शाल्लाह 37-38 ਸਾਲ ਹੋਏ ਜੇ 마शाल्लाह ਵਾਲ ਮੇਰੇ ਸਿਰਫ ਲਥੇ ਨੇ ਅਸੀਂ ਆਊਟਡੋਰ ਬਹੁਤ ਕੰਮ ਕੀਤਾ ਹੈ ਲਾਹੌਰ ਆਉਣ ਤੋਂ ਪਹਿਲੇ ਨਾ ਆਊਟਡੋਰ ਬੜਾ ਕੰਮ ਕੀਤਾ ਹੈ ਉਹ ਫਿਰ ਹਰ ਸ਼ਹਿਰ ਦਾ ਪਾਣੀ ਮੈਨੂੰ ਜ਼ਿਆਦਾ ਲੜਿਆ ਸਾਦਕਾਬਾਦ ਦਾ ਪਾਣੀ ਉਥੇ ਤਿੰਨ ਸ਼ੈਂਪੂ ਵੀ ਸਿਰ ਤੇ ਲਾ ਲਈਦੇ ਸੀ ਨਾ ਤੇ ਉਹਦੀ ਚਕਨਾਹੜ ਨਹੀਂ ਸੀ ਜਾਂਦੀ ਐਸਾ ਪਾਣੀ ਸੀ ਮੈਂ ਉਸ ਪੱਟੀ ਤੇ ਬਹੁਤ ਕੰਮ ਕੀਤਾ ਉਹਦੀ ਵਜ੍ਹਾ ਤੋਂ ਨਾ ਵਾਲ ਮੇਰੇ ਕਮਜ਼ੋਰ ਕਾਫੀ ਹੋ ਗਏ ਤੇ ਮਾਸ਼ਾਅੱਲਾ ਮਾਲਿਕ ਨੇ ਇੰਨਾ ਨਵਾਜ਼ ਦਿੱਤਾ ਹੁਣ ਤੇ ਟ੍ਰਾਂਸਪਲਾਂਟ ਦਾ ਕਾਫੀ ਦੌਰ ਆ ਗਿਆ ਹੈ ਜਦੀਦ ਦੌਰ ਹੈ ਅੱਲਾਹ ਪਾਕ ਨੇ ਗੱਲ ਤੁਹਾਡੇ ਬਿਲਕੁਲ ਬਜਾ ਹੈ ਮਾਲਕਾਂ ਨੇ ਬੜਾ ਨਵਾਜ਼ਿਆ ਮਗਰ ਮੇਰੇ ਫ੍ਰੀ ਵਾਲ ਵੀ ਲਾਣ ਆਏ ਨੇ ਕਈ ਕੰਪਨੀਆਂ ਵਾਲੇ ਕਿ ਜੀ ਤੁਹਾਡੀ ਅਸੀਂ ਤਸਵੀਰ ਲਾ ਦੇਾਂਗੇ ਉੱਥੇ ਤੇ ਤੁਸੀਂ ਵਾਲ ਲਵਾ ਲਓ ਮੇਰੀ ਇੱਕ ਪਛਾਣ ਬਣ ਗਈ ਹੈ ਤਕਰੀਬਨ 22 ਸਾਲ ਤੋਂ 10-15 ਸਾਲ ਤੇ ਹੋ ਗਏ ਨੇ ਮੇਰੇ ਵਾਲ ਲੱਤੇ ਆ ਤੇ ਮੈਂ ਹੁਣ ਫੇਰ ਪਲਾਂਟ ਕਰਾ ਕੇ ਤੇ ਐਵੇਂ ਵਾਰ ਰੱਖ ਕੇ ਫੇਰੀ ਆਵਾਂ ਕਿਉਂਕਿ ਮੈਨੂੰ ਨਾ ਕੋਈ ਅਗੋਂ ਮੈਂ ਕੋ ਵਿਆਹ ਕਰਾਣੇ ਨੇ ਨਾ ਮੈਂ ਕੋਈ ਜੇ ਨੂੰ ਜੋ ਚਾਹੀਦਾ ਹੁੰਦਾ ਹੁਣ ਮੇਰਾ ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਆਫਤਾਬ ਇਕਬਾਲ ਸਾਹਿਬ ਵਾਲਾ ਖਬਰਦਾਰ ਉਹਦੇ ਚ ਮੇਰੇ ਹੁਣ ਤਕਰੀਬਨ ਮਾਸ਼ਾਅੱਲਾ ਕੋਈ 15 ਤੋਂ 20 ਕੈਰੈਕਟਰ ਨੇ ਮੇਰੇ ਵਿਗ ਵੀ ਲੱਗ ਜਾਂਦੀ ਹੈ ਮੇਰੇ ਦਾੜੀ ਵੀ ਲੱਗ ਜਾਂਦੀ ਹੈ ਮੂਛਾਂ ਵੀ ਲੱਗ ਜਾਂਦੀਆਂ ਟਿੰਡ ਵੀ ਲੱਗ ਜਾਂਦੀ ਇਹ ਜਿਹੜਾ ਇਸ ਟਾਈਮ ਸਕੈਚ ਹੈਗਾ ਨਾ ਇਹਦੇ ਤੇ ਜੋ ਮਰਜ਼ੀ ਬਣਾ ਸਕਦਾ ਮੈਂ ਜਦੋਂ ਜ਼ਰੂਰਤ ਪੈਂਦੀ ਹੈ ਬਣ ਜਾਈਦਾ ਆਪਕੀ ਆਫਤਾਬ ਇਕਬਾਲ ਕੇ ਸ਼ੋਅ ਮੇ ਡਾਕਟਰ ਰੂਬਾ ਰੋਕਾਸ਼ਾ ਆਪਕੀ ਨਕਲੀ ਉਤਾਰਤੇ ਹੈ ਕਿਆ ਵਜ੍ਹਾ ਹੈ ਇਸਕੀ ਜੋ ਤੁਸੇ ਸਹੀ ਕੰਮ ਨਹੀਂ ਕਰੋ ਲੋਕੀ ਤੁਹਾਡੀਆਂ ਨਕਲਾਂ ਹੀ ਲਾਣਗੇ ਮੈਂ ਉਹਨਾਂ ਇੰਗਲਿਸ਼ ਦੇ ਲਫ਼ਜ਼ ਮੇਰੇ ਕੋ ਨਹੀਂ ਸਹੀ ਬੋਲੇ ਜਾਂਦੇ ਉਰਦੂ ਦੇ ਲਫ਼ਜ਼ ਮੇਰੇ ਕੋ ਸਹੀ ਨਹੀਂ ਬੋਲੇ ਜਾਂਦੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਉਹ ਮਾਸ਼ਾਅੱਲਾ 44 44 ਹਜ਼ਾਰ ਜਮਾਤਾਂ ਪੜੇ ਨੇ ਤੇ ਮੈਂ ਉਹਨਾਂ 'ਚ ਫਸ ਗਿਆ ਜਾ ਕੇ ਗੁਜਰਾਂ ਵਾਲੇ ਦਾ ਥਾਣੇ ਵਾਲੇ ਬਾਜ਼ਾਰ ਦਾ ਭਵਾਨ ਬਸ ਉਹਦੇ ਵਿੱਚ ਚੱਲ ਰਿਹਾ ਸਿਸਟਮ ਚਲੋ ਯਾਰ ਸਾਡੀ ਵਜ੍ਹਾ ਤੋਂ ਕੋ ਹੱਸਦਾ ਮਗਰ ਗਲਤ ਹੱਸਦੇ ਨੇ ਇਹਨਾਂ ਨੂੰ ਕਰਨਾ ਨਹੀਂ ਚਾਹੀਦਾ ਮੇਰਾ ਮਜ਼ਾਕ ਘਟੂੜਾ ਕਰੋ ਪਲੀਜ਼ ਯਾਰ ਤੁਹਾਡੇ ਕਿ ਆਪ ਥੀਏਟਰ ਉਹ ਟੀਵੀ ਮੈਨੇਜ ਕਿਵੇਂ ਕਰਤੇ ਨੇ ਮਾਲਕਾਂ ਨੇ ਹਿੰਮਤ ਦਿੱਤੀ ਹੈ ਬਸ ਆਪਣਾ ਰਿਕਾਰਡਿੰਗ ਟਾਈਮ ਰਿਕਾਰਡਿੰਗ ਤੇ ਹੋਈਦਾ ਹੈ ਇਧਰ ਇੱਕ ਦਾ ਸ਼ੋਅ ਮਿਸ ਹੋ ਜਾਂਦਾ ਮੇਰਾ ਤੇ ਉਹਦੀ ਮੈਂ ਨਾ ਕੋਸੂਰੀ ਕਰਦਾ ਰਹਿੰਦਾ ਨਾਲ-ਨਾਲ ਬਾਕੀ ਦੋਵੇਂ ਮੇਰੇ ਲਈ ਇਸ ਟਾਈਮ ਜ਼ਰੂਰੀ ਨੇ ਟੀਵੀ ਵੀ ਜ਼ਰੂਰੀ ਸਟੇਜ ਵੀ ਜ਼ਰੂਰੀ ਮੈਂ ਦੋਵੇਂ ਛੱਡਣਾ ਨਹੀਂ ਚਾਹੁੰਦਾ ਦੋਵੇਂ ਕਰਾਂਗਾ ਇਨਸ਼ਾਅੱਲਾ ਤੇ ਬਸ ਹਿੰਮਤ ਦੇ ਰਹੇ ਨੇ ਮਾਲਕ ਮੈਂ ਕਰ ਰਹੇ ਹਾਂ ਵਸੀਮ ਬਈ ਤੁਸੀਂ ਮਾਸ਼ਾਅੱਲਾ ਇੰਨੇ ਖੂਬਸੂਰਤ ਹੋ ਯੰਗ 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 ਐਕਟਰ ਹੋ ਤੁਹਾਨੂੰ ਕਦੀ ਕਿਸੇ ਕੋ-ਐਕਟਰ ਨਾਲ ਇਸ਼ਕ ਹੋਇਆ ਹੈ ਇਸ਼ਕ ਮੈਂ ਪਹਿਲੇ ਵੀ ਕਾਫੀ ਇੰਟਰਵਿਊ ਹੋ ਚੁੱਕੇ ਆ ਚੁਕੇ ਆਂ ਇਸ਼ਕ ਕੀ ਹੋਣੇ ਨੇ ਬਸ ਹੁਣ ਬੱਚੇ ਪਾਲ ਲੈਣੇ ਘਰ-ਬਾਰ ਚਲਾਣੇ ਨੇ ਜ਼ਿੰਮੇਵਾਰੀਆਂ ਹੀ ਬੜੀਆਂ ਆ ਇੱਕ ਟਾਈਮ ਹੁੰਦਾ ਇਸ਼ਕ ਦਾ ਸ਼ਾਦੀ ਤੋਂ ਪਹਿਲੋ ਜਦੋਂ ਬੰਦਾ ਬੈਚੂਲਰ ਹੁੰਦਾ ਨਾ ਉਦੋਂ ਬੜੇ ਪੰਗੇ ਲੈਂਦਾ ਤੇ ਸ਼ੋਅ ਬੀਜ਼ ਦੇ ਇਸ਼ਕ ਵੀ ਐਸੇ ਨੇ ਉਹ ਵੀ ਸਾਡੀ ਆਪਣਾ ਫੈਮਿਲੀ ਦੇ ਜੀ ਨੇ ਉਹ ਜਿਹੜੀਆਂ ਕੁੜੀਆਂ ਜਿਸ ਤਰ੍ਹਾਂ ਐਸੀ ਕੋ ਰੋ ਸਟਰਗਲ ਕਰਨ ਨਿਕਲੇ ਉਹ ਵੀ ਕੋ ਰੋ ਸਟਰਗਲ ਕਰਨ ਨਿਕਲੇ ਆਪਣੇ ਜਜ਼ਬਾਤ ਨਹੀਂ ਹੈ ਸਾਡੀ ਭਾਬੀ ਨੇ ਤੁਹਾਨੂੰ ਡਰਾਇਆ ਹੈ ਨਹੀਂ ਭਾਬੀ ਨੇ ਕੀ ਡਰਾਣਾ ਵਿਚਾਰੀ ਨੂੰ ਉਹ ਲੇਦ ਕਰ ਮੈਨੂੰ ਇਹੀ ਕਹੀ ਜਾਂਦੀ ਕੰਮ ਤੇ ਨਹੀਂ ਜਾਣਾ ਉਹਨੂੰ ਪਤਾ ਹੀ ਨਹੀਂ ਮੈਂ ਕਰਦਾ ਕੀ ਵਸੀਮ ਬਾਈ ਮੈਨੂੰ ਬਤਾਈਏ ਕਿ ਮੇਰੇ ਐਨਾਲਿਸਿਸ ਦੇ ਮੁਤਾਬਿਕ ਆਪਕੀ ਐਜੂਕੇਸ਼ਨ ਇਤਨੀ ਜ਼ਿਆਦਾ ਨਹੀਂ ਹੈ ਆਪ ਆਫਤਾਬ ਇਕਬਾਲ ਸਾਹਿਬ ਦੀ ਸ਼ੋਪ ਮੇਂ ਇੰਗਲਿਸ਼ ਗਾਣੋਂ ਮੇਂ ਰੈਪ ਕਰਤੇ ਹੈ ਮੁਸ਼ਕਿਲ ਹੋਤਾ ਹੈ ਜਾਂ ਆਸਾਨ ਅੱਛਾ ਮੈਂ ਤੁਸੀਂ ਭਰਾ ਹੈਗੇ ਹੋ ਮੈਂ ਜਦੋਂ ਸ਼ੁਰੂ ਕਰਦਾ ਨਾ ਮੈਨੂੰ ਕੋਈ ਪਤਾ ਨਹੀਂ ਹੁੰਦਾ ਕੀ ਕਰਨਾ ਮੈਂ ਸਿਰਫ ਆਪਣੇ ਮਾਲਕਾਂ ਦਾ ਨਾਮ ਲੈ ਕੇ ਸ਼ੁਰੂ ਕਰ ਦਿੰਦਾ ਉਹ ਕੋਈ ਨਾ ਕੋਈ ਫਿਕਰਾਂ ਲਾ ਕਿ ਉਹ ਇੰਗਲਿਸ਼ ਦੇ ਡੇਡੇ ਮੁਸ਼ਕਿਲ ਲਵਜ਼ ਨੇ ਜਿਹੜੇ ਮੈਂ ਹੋਣ ਚਾਹਾਂ ਤਾਂ ਮੈਂ ਨਹੀਂ ਬੋਲ ਸਕਦਾ ਪਤਾ ਨਹੀਂ ਕੋਈ ਰਹਿਮਤ ਹੈ ਇਹ ਮਾਲਕਾਂ ਦਾ ਕਰਮ ਹੈ ਜਿਹੜਾ ਕੈਮਰਾ ਖੁੱਲਦਾ ਹੈ ਨਾ ਮਾਲਕ ਦੇਣਾ ਸ਼ੁਰੂ ਕਰ ਦਿੰਦੇ ਨੇ ਮੈਂ ਬੋਲਣਾ ਸ਼ੁਰੂ ਕਰ ਦਿੰਦਾ ਆਪਕੇ ਬਲੂਪਰ ਬਹੁਤ ਜ਼ਿਆਦਾ ਬੰਦੇ ਆ ਬਲੂਪਰ ਮਾਸ਼ਾਅੱਲਾ ਸਾਰਿਆਂ ਦੇ ਬਣ ਰਹੇ ਨੇ ਜੀ ਉੱਤੇ ਲਾਲਾ ਜੀ ਦੇ ਵੀ ਬਣ ਰਹੇ ਨੇ ਆਪਣਾ ਜ਼ਫਰੀ ਖਾਨ ਸਾਹਿਬ ਦੇ ਬਹੁਤ ਬਲੂਪਰ ਬਣੇ ਨੇ ਉੱਤੇ ਤੇ ਬਾਕੀ ਇਹ ਨਾਲ-ਨਾਲ ਮਜ਼ੇ ਹੈਗੇ ਨੇ ਜ਼ਿੰਦਗੀ ਦੇ ਮਿਸਟੈਕ ਹੁੰਦੀਆਂ ਹੁੰਨ ਜਿਹੜਾ ਸ਼ੋਅ ਸਾਡਾ ਪਬਲਿਕ ਦੇਖਦੀ ਏ ਉਹ ਤਕਰੀਬਨ 37-38 ਮਿੰਟਾਂ ਚ ਸ਼ੋਅ ਦੇਖ ਲੈਂਦੇ ਹਾਲਾਂਕਿ ਉਹਦੀ ਤਿਆਰੀ ਚ ਸਾਨੂੰ 20 ਤੋਂ 22 ਘੰਟੇ ਲੱਗਦੇ ਨੇ ਇੱਕ ਸ਼ੋਅ ਦੀ ਤਿਆਰੀ ਚ ਤੇ ਉਹਦੇ ਚ ਫਿਰ ਮਿਸਟੇਕਾਂ ਵੀ ਨੇ ਬਲੂਪਰ ਵੀ ਨੇ ਹਾਸਾ ਖੇਡਾ ਵੀ ਹੈ ਮਜ਼ੇ ਵੀ ਹੈ ਅਸੀਂ ਉਹਨੂੰ ਬੜਾ ਇੰਜੋਏ ਕਰਦੇ ਹਾਂ ਵਸੀਮ ਭਾਈ ਆਪਕੋ ਆਈਸਕ੍ਰੀਮ ਕੌਨਸੀ ਪਸੰਦ ਹੈ ਜੈਪਸ ਬੋਸ ਉਹ ਦੇਖੋ ਨਾ ਮੁਸ਼ਕਲ ਨਾਮ ਹੈ ਮੈਂ ਕਦੇ ਸੁਣਿਆ ਸੀ ਤੁਹਾਨੂੰ ਪਤਾ ਹੈ ਤਾਂ ਸਹੀ ਨਾਮ ਨਹੀਂ ਸਰ ਬਸ ਉਹ ਜੈਪਸ ਬੋਸ ਉਹ ਐਂਜ ਦਾ ਔਰ ਕੈਪੀਚੀਨੋ ਹਾਂ ਕੈਪੀਚੂਨਰ ਤੋਂ ਬਾਈ ਮਾਈ ਫੇਵਰਟ ਓਏ ਹੋਏ ਹੋਏ ਮੈਂ ਕਦੀ ਵੀ ਆਈਸਕ੍ਰੀਮ ਸਟਿਕ ਨਾ ਨਹੀਂ ਖਾਦੀ ਮੈਂ ਚੌਲਾਂ ਨਾਲ ਚਮਚ ਲੈਣਾ ਦਰਾ ਵੱਡਾ ਭਰ ਕੇ ਉਹ ਕਈ ਉਹਦੇ ਨਹੀਂ ਖਾਈ ਜਾਂਦੇ ਉਹ ਕਾਨੇ ਜੇਣਾ ਮੁੜ ਕੇ ਉਹ ਦੰਦਾਂ ਨੂੰ ਚਮੜਦਾ ਰਹਿੰਦਾ ਆਈਸਕ੍ਰੀਮ ਲੋਕਲ ਬਿਲਕੁਲ ਨਹੀਂ ਖਾਣੇ ਤੁਸੀਂ ਬ੍ਰਾਂਡ ਖਾਣਾ ਜਦੋਂ ਵੀ ਖਾਣਾ ਲੋਕਲ ਆਈਸਕ੍ਰੀਮ ਬਹੁਤ ਭੈੜੀ ਤਾਲੂ ਨੂੰ ਚਿਮੜਦੀ ਜਿਹੜਾ ਇਹਨੇ ਚੁਗਾ ਨਾ ਹੋਵੇ ਬ੍ਰਾਂਡ ਖਾ ਚੁਗਾ ਉਹ ਕੀ ਕਰੇ ਹੈ ਉਹ ਬਰਫ਼ ਤੇ ਚੀਨੀ ਪਾ ਕੇ ਖਾਵੇ ਠੰਡੀ ਛਾਹ ਨਹੀਂ ਆਣੀ ਇਹਨਾਂ ਅੰਦਰ ਵੀ ਬਾਅਦ ਚੋ ਜੂ ਬਿਮਾਰ ਹੋਣਾ ਲੇਟ ਖਾ ਰੋ ਹੁfte ਜੇ ਕਰੀ ਘਾਲੋ ਬ੍ਰਾਂਡ ਖਾਣਾ ਆਫਤਬ ਇਕਬਾਲ ਸਾਹਿਬ ਕੇ ਸ਼ੋਅ ਮੈਂ ਆਪਣੇ ਕੀ ਸਿੱਖਾ ਬਹੁਤ ਕੁਝ ਸਿੱਖ ਰਹੇ ਹਾਂ ਜੀ ਮਾਸ਼ਾਅੱਲਾ ਉਹ ਤੋਂ ਅਦਬ ਉਹ ਇhtram ਸਿੱਖਿਆ ਹੈ ਕੰਮ ਕਿਸ ਤਰ੍ਹਾਂ ਕਰਨਾ ਉਹ ਸਿੱਖਿਆ ਆਪਣਾ ਅੱਛੀ ਗੈਦਰਿੰਗ ਚ ਕਿਸ ਤਰ੍ਹਾਂ ਬੈਠਣਾ ਉਹ ਸਿੱਖਿਆ ਤੇ ਹੱਲੇ ਤੇ ਮੈਨੂੰ ਉੱਥੇ ਤਕਰੀਬਨ ਸਾਲ ਡੇਢ ਸਾਲ ਹੋਇਆ ਅੱਗੋ ਇਨਸ਼ਾਅੱਲਾ ਤਾਲਾ ਮਾਲਕ ਜ਼ਿੰਦਗੀ ਤੰਦਰੁਸਤੀ ਦੇਣ ਸਾਨੂੰ ਪੂਰੇ ਕਰੋ ਨੂੰ ਜਿੰਨੀ ਦੇਰ ਇਕੱਠੇ ਰਵਾਂਗੇ ਬੰਦਾ ਆਖਰੀ ਸਾਹ ਤੱਕ ਸਿੱਖਦੇ ਰਹਿੰਦਾ ਮੇਰੀ ਜਾਨ ਤੇ ਇਨਸ਼ਾਅੱਲਾ ਮੇਰੀ ਕੋਸ਼ਿਸ਼ ਹੈ ਕਿ ਅੱਛਾ ਸਿੱਖਾਂ ਵਸੀਮ ਭਾਈ ਸਟੇਜ ਕੀ ਜੋ ਲਾਈਫ ਹੈ ਸਟੇਜ ਦਾ ਜੋ ਕੰਮ ਹੈ ਔਰ ਥੀਏਟਰ ਟੀਵੀ ਦਾ ਜੋ ਕੰਮ ਹੈ ਇਸ ਵਿੱਚ ਕਿੰਨਾ ਫਰਕ ਹੈ ਜ਼ਮੀਨ ਅਸਮਾਨਾਂ ਦਾ ਬਹੁਤ ਜ਼ਿਆਦਾ ਫਰਕ ਹੈ ਹਾਲਾਂਕਿ ਮੁਸ਼ਕਲ ਕੰਮ ਹੈ ਵੇ ਐ ਲਾਈਵ ਕੰਮ ਹੈ ਐ ਸਟੇਜ ਵਾਲਾ ਐ ਜ਼ਿਆਦਾ ਮੁਸ਼ਕਲ ਹੈ ਮਗਰ ਟੀਵੀ ਦਾ ਕੰਮ ਅਗਰ ਦੇਖਿਆ ਜਾਏ ਤੇ ਇਹਦੇ ਨਾਲੋਂ ਵੀ ਜ਼ਿਆਦਾ ਮੁਸ਼ਕਲ ਹੈ ਮੈਨੂੰ ਕੀ ਕਹਿਤਾ ਜੇ ਦੋਵੇਂ ਕੰਮ ਮੁਸ਼ਕਲ ਨੇ ਮੇਰੀ ਜਾਨ ਐ ਆਪਣੀ ਜਗ੍ਹਾ ਮੁਸ਼ਕਲ ਹੈ ਆਪਣੀ ਜਗ੍ਹਾ ਮੁਸ਼ਕਲ ਹੈ ਐ ਵੇ ਕਿ ਟੀਵੀ ਤੋਂ ਤੁਸੀਂ ਜ਼ਰਾ ਫੈਮਲੀ ਚ ਜ਼ਿਆਦਾ ਚਲੇ ਜਾਂਦੇ ਹੋ ਸਟੇਜ 'ਚ ਤੁਸੀਂ ਜ਼ਰਾ ਗਲੀ ਮੱਲੇਆਂ 'ਚ ਇੰਨਾ ਕੋ ਫਰਕ ਹੈਗਾ ਜਿਹੜੇ ਸਾਡੇ ਤੋਂ ਪਹਿਲੇ ਡਰਾਮੇ ਹੁੰਦੇ ਰਹੇ ਨੇ ਨਾ ਜਿਸ ਤਰ੍ਹਾਂ ਅਮਾਨੁਲਲਾ ਖਾਨ ਸਾਹਿਬ ਦਾ ਦੌਰ guzreya hai ਤਾਰਕ ਜਵੇਦ ਸਾਹਿਬ ਦਾ ਦੌਰ guzreya hai ਸੁਹੇਲ ਐਮਾਨ ਸਾਹਿਬ ਦਾ ਦੌਰ guzreya hai ਉਹ ਫੈਮਿਲੀ ਡਰਾਮੇ ਕਰਦੇ ਰਹੇ ਨੇ ਹੁਣ ਵਕਤ ਦੇ ਨਾਲ ਨਾਲ ਜੇ ਕੋਈ ਕਵੇ ਨਾ ਕਿ ਇਸ ਦੌਰ ਚ ਬਈ ਵੀਆਈਪੀ ਕੰਮ ਨਹੀਂ ਹੋ ਰਿਹਾ ਤੇ ਵੀਆਈਪੀ ਕਿਤੇ ਵੀ ਨਹੀਂ ਹੋ ਰਿਹਾ ਮੇਰੀ ਜਾਨ ਠੀਕ ਹੈ ਸਟੇਜ ਹੁਣ ਗਾਣੇ ਜਿਸ ਕੰਮ ਚ ਆਈਆਂ ਜਿਸ ਇੰਟਰਟੇਨਮੈਂਟ ਚ ਗਾਣਾ ਆਈਏਗਾ ਨਾ ਉਹ ਤੁਹਾਨੂੰ ਕੰਮ ਵੀਆਈਪੀ ਨਹੀਂ ਮਿਲ ਸਕਦਾ ਅੱਜ ਵੀ ਬਗੈਰ ਗਾਣਿਆਂ ਤੋਂ ਕੋਈ ਕੰਮ ਸ਼ੁਰੂ ਹੋਵੇ ਐਕਟਰ ਮਿਹਨਤ ਕਰਨ ਡਾਇਰੈਕਟਰ ਅਛੀ ਆਨ ਵਾਪਸ ਜਿਹੜੇ ਘਰਾਂ ਚ ਬੈ ਗਏ ਨੇ ਵਿਚਾਰੇ ਐ ਗਾਣਿਆਂ ਗੁਣਿਆਂ ਦੀ ਵਹਿਤੋਂ ਕਿਉਂ ਕਿ ਉਹਨਾਂ ਕੋ ਕਹਾਣੀਆਂ ਹਨ ਉਹਨੇ ਇੱਕ ਡੈਥ ਸੀਨ ਜੋ ਚੱਲ ਰਿਹਾ ਡਰਾਮੇ ਜਿਹਦੇ ਵਿੱਚ ਕਿਦਾਂ ਮੰਗਾਣਾ ਕਿ ਤੋ ਆ ਸਕਦਾ ਉਹ ਖਤਮ ਹੋ ਗਏ ਨੇ ਉਹਨੇ ਪਹਿਲੇ ਕੀ ਹੁੰਦਾ ਸੀ ਅਛੇ ਡਰਾਮੇ ਵਿੱਚ ਕੋਈ ਵੱਡੇ ਦਾ ਫੰਕਸ਼ਨ ਆ ਗਿਆ ਉਹਦੇ ਵਿੱਚ ਮਜ਼ਾ ਲੈ ਲਿਆ ਕੋਈ ਤੇਲ ਮਹਿੰਦੀ ਦਾ ਸੀਕੁਐਂਸ ਆ ਰਹੇ ਉਹਦੇ ਵਿੱਚ ਮਜ਼ਾ ਲੈ ਲਿਆ ਹੁਣ ਡਾਇਰੈਕਟ ਗਾਣੇ ਨੇ ਕਿੰਨੇ ਤੇ ਬਸ ਗਾਣੇ ਚ ਇੰਜ ਦੇ ਡਰਾਮੇ ਹੋਣਗੇ

वसीम भाई की खट्टी मिठी बातें सुनी बड़ा मज़ा आया इन्होंने अपनी लाइफ में बहुत स्ट्रगल की है और यकीन कीजिए कि बड़ी नाइस पर्सनैलिटी है मैं मिलकर इनका पहले तो बहुत फैन था लेकिन अब बिगेस्ट फैन हो गया हूं अपने मेज़बान को दीजिए इजाज़त आपका मेरा खुदा हम्यनासर